गुरुद्वारा ही बनाया आ गया। हाल आ पाठ कराने जगह कितनी जगह भी बनी है कोई सानू जी खबर मिली है जगह में कड़ा रहा सिंगा दे आसन सी जी बंदा खोलो तुसी बाबा जी सिप जा सेवा तुसी कर दें शहीद है दसा भी सू चलना पा सकते ਜੋ ਵੀ ਹੈਗਾ ਜੀ ਅਸੀਂ ਐਵੇਂ ਤੁਹਾਨੂੰ ਕਹੀਏ ਜੀ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਅਸੀਂ ਵੀ ਸਵੇਰ ਨੂੰ ਤੜ ਕੇ 3:30 ਉੱਠ ਕੇ ਇਸ਼ਨਾਨ ਕਰਕੇ ਤਾਂ ਪਾਠ ਕਰੀਦਾ ਤੇ 5:15 ਆਪਾਂ ਗੁਰਦੁਆਰੇ ਪਹੁੰਚ ਜਾਈਦਾ ਠੀਕ ਹੈ ਜੀ ਤੇ ਆਹ ਬਾਬਾ ਜੀ ਖੜੇ ਆ ਜੇ ਉਦੋਂ ਇਹਨਾਂ ਨੇ ਨਸਵਾਸ ਵੀ ਨਹੀਂ ਲਿਆ ਹੁੰਦਾ ਜਦੋਂ ਮੈਂ ਗੁਰਦੁਆਰੇ ਪਹੁੰਚ ਜਾਂਦਾ ਵੀ ਸ਼ਰਧਾ ਬਹੁਤ ਵਧੀਆ ਹੋਣੀ ਚਾਹੀਦੀ ਸਾਨੂੰ ਸਾਰਿਆਂ ਨੂੰ ਜਾਣਾ ਚਾਹੀਦਾ ਗੁਰੂ ਘਰ ਸਾਡੇ ਬਜ਼ੁਰਗਾਂ ਤੋਂ ਵੀ ਪਹਿਲਾਂ ਦੀ ਸਾਡੇ ਪਿਤਾ ਜੀ ਤੋਂ ਵੀ ਪਹਿਲਾਂ ਦੀ ਹੈ ਜਗ੍ਹਾ ਇਹ ਨਹੀਂ ਪਤਾ ਵੀ ਕਿਹੜੇ ਸ਼ਹੀਦਾਂ ਦੀ ਕੌਣ ਉਹਨਾਂ ਨੇ ਜੋ ਬਣਾਇਆ ਜੀ ਤੇ ਉਹ ਤੋਂ ਬਾਅਦ ਫਿਰ ਇਹ ਵਾਧਾ ਗਿਆ ਜੀ ਪਹਿਲਾਂ ਇੱਕ ਕਮਰਾ ਸੀਗਾ ਫਿਰ ਆਹ ਹੁਣ ਇੱਡੀ ਵੱਡੀ ਬਿਲਡਿੰਗ ਬਣੀ ਹੈ ਜੀ ਕੋਈ ਸ਼ਰਧਾ ਨਹੀਂ ਬਣੀ ਹੈ ਸ਼ਰਧਾ ਹੋਊਗੀ ਤਾਂ ਹੀ ਬਣੀ ਹੈ ਦੇਖੋ ਸ਼ਰਧਾ ਤੇ ਜਿਹੜੀ ਭਾਈ ਸਾਹਿਬ ਜੀ ਹੁੰਦੀ ਆ ਆਪਾਂ ਨੂੰ ਪਤਾ ਹੀ ਆ ਹੁੰਦੀ ਹੈ ਸਾਰੇ ਚ ਵੀ ਸ਼ਰਧਾ ਜੇ ਪੱਤਾ ਨੂੰ ਮੰਨਦੇ ਉਹ ਇੱਕ ਵੱਖਰਾ ਵਿਸ਼ਾ ਵਾ ਪਰ ਅਸੀਂ ਜਿਹੜੀ ਸਾਡੇ ਕੋ ਪੰਥ ਪ੍ਰਵਾਨ ਤੇ ਜਿਹੜਾ ਅਕਾਲ ਤਖਤ ਦਾ ਹੁਕਮ ਆ ਕਿ ਆਪਾਂ ਕਿਸੇ ਵੀ ਜਥੇਰੇ ਤੇ ਸਾਡਾ ਜਿਹੜਾ ਮੇਨ ਮਕਸਦ ਆ ਕਹਿਣਾ ਜਿਸ ਕਰਕੇ ਅਸੀਂ ਤੁਹਾਡੇ ਕੋਲ ਆਏ ਆ ਵੀ ਅਸੀਂ ਕਿਸੇ ਵੀ ਮੜੀ ਕਬਰ ਜਠੇਰਿਆਂ ਦੀ ਜਗ੍ਹਾ ਤੇ ਹਨਾ ਪਾਠ ਆਰੰਭ ਨਹੀਂ ਕਰਵਾ ਸਕਦੇ ਜੇ ਤੁਸੀਂ ਸ੍ਰੀ ਅਖੰਡ ਪਾਠ ਸਾਹਿਬ ਕਰਾਉਣਾ ਜਾਂ ਘਰ ਵਿੱਚ ਜਾਂ ਫਿਰ ਗੁਰਦੁਆਰਾ ਸਾਹਿਬ ਵਿੱਚ ਜੇ ਤੁਸੀਂ ਇੱਥੇ ਕਰਾਉਣਾ ਵੀ ਚਾਹੁੰਦੇ ਆ ਤੇ ਉਹਦੇ 'ਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਵਿੱਚ ਪ੍ਰੋਬਲਮ ਇਹੀ ਹੈ ਵੀ ਜਿਵੇਂ ਤੁਸੀਂ ਇੱਥੇ ਵੀ ਆਰੰਭ ਕਰਵਾ ਸਕਦੇ ਆ ਪਰ ਇੱਥੇ ਤੁਹਾਨੂੰ ਆਹ ਜਿਹੜੀ ਬਣੀ ਹੋਈ ਆ ਮੜੀ ਇਹ ਚੱਕਣੀ ਪਊਗੀ ਪ੍ਰੋਬਲਮ ਇਹਦੇ 'ਚ ਆ ਠੀਕ ਹੈ ਠੀਕ ਹੈ ਨਹੀਂ ਉਹ ਤਾਂ ਕਮਰਾ ਹੀ ਅਸੀਂ ਅਲੱਗ ਇੱਥੇ ਕਰਕੇ ਬਣਾਇਆ ਵੀ ਉਧਰ ਅਸੀਂ ਅਲੱਗ ਤੋਂ ਕਰਵਾਇਆ ਆ ਜਿਹੜੀ ਚੀਜ਼ ਆ ਹਾਂਜੀ ਇਹ ਤੇ ਇੱਥੇ ਨਾਲ ਹੀ ਜੁੜੀ ਹੈ ਨਾ ਹਾਂਜੀ ਜਿਹੜਾ ਆਹ ਚੀਜ਼ ਆ ਇਹ ਤੇ ਇਹਦੇ ਨਾਲ ਹੀ ਜੁੜੀ ਰਹ
ਇਹਨੂੰ ਚੇਂਜ ਨਹੀਂ ਕਰ ਸਕਦਾ ਫਿਰ ਚੇਂਜ ਤਾਂ ਕਿਸੇ ਚੀਜ਼ ਨੂੰ ਵੀ ਨਹੀਂ ਕਰ ਸਕਦੇ ਜੀ ਚੇਂਜ ਤਾਂ ਹੁਣ ਜਿਹੜੇ ਆਪਣੇ ਅਸਥਾਈ ਬਣੀ ਜਾਂਦੇ ਆਪਾਂ ਉਹਨਾਂ ਨੂੰ ਵੀ ਨਹੀਂ ਕਰ ਸਕਦੇ ਔਰ ਬਣਦੇ ਹੀ ਉਹ ਇਸ ਕਰਕੇ ਆ ਕਿ ਆਪਣੇ ਧਰਮ ਦੇ ਵਿੱਚ ਇੰਨਾ ਪ੍ਰੋਪਗੈਂਡਾ ਇੰਨੀ ਆਪਾਂ ਪ੍ਰਸ਼ਾਦ ਤੱਕ ਵੀ ਨਹੀਂ ਤੁਹਾਨੂੰ ਪਤਾ ਹੋਣਾ ਇਹਦੇ ਬਾਰੇ ਵੀ ਈਸਾਈ ਜ਼ਿਆਦਾ ਸਖ਼ਤ ਚੱਲਦੇ ਜੇ ਆਪਾਂ ਤੇ ਕਹਿੰਦੇ ਨੀ ਕਿਸੇ ਨੂੰ ਸਿੱਖ ਪਤਾ ਜਿੱਥੇ ਮਰਜ਼ੀ ਜਾ ਕੇ ਮੱਥਾ ਟੇਕਦੇ ਆਪਾਂ ਕਹਿੰਦੇ ਕਦੀ ਕਿਸੇ ਨੂੰ ਪਰ ਆਪਣੇ ਉਹ ਸੱਚੇ ਆ ਸੱਚੇ ਕਿਉਂ ਆ ਕਿਸੇ ਦੀਆਂ ਲੱਤਾਂ ਨੀ ਖਿੱਚਦੇ ਝੂਠ ਨੀ ਬੋਲਦੇ ਕਿਸੇ ਨਾਲ ਹੇਰਾ ਫੇਰੀ ਨੀ ਕਰਦੇ ਠੀਕ ਆ ਜੀ ਕਿ ਨਹੀਂ ਕਿਸੇ ਦਾ ਉਹ ਇਹ ਨੀ ਕਹਿੰਦੇ ਵੀ ਇਹ ਦੀਆਂ ਅੱਜ ਬੂਟਾ ਸਿੰਘ ਦੇ ਪੰਜ ਚਾਰ ਰੇਟ ਆ ਮੇਰੇ ਦੇ ਕੋਲ ਕਿਸੇ ਤਰ੍ਹਾਂ ਇੱਕ ਰਹਿ ਜਾਵੇ ਜਿਹੜੇ ਵੀਰ ਜੀ ਝੂਠ ਬੋਲਦੇ ਨਾ ਸਾਈ ਅਸੀਂ ਸਾਡਾ ਸਾਰਿਆਂ ਨਾਲ ਮਿਲਵਰਤਨ ਹੁੰਦਾ ਬਹੁਤ ਝੂਠੇ ਬੜੇ ਫਰੇਬੀ ਨੇ ਜਿੰਨਾ ਉਹ ਝੂਠ ਬੋਲਦੇ ਤੁਸੀਂ ਵੀ ਨਾ ਬੋਲਦੇ ਅਸੀਂ ਨਹੀਂ ਬੋਲਦੇ ਕੰਟਰੀ ਜੀ ਆ ਜੀ ਉਹ ਆਪਣੀ ਕੰਟਰੀ ਆ ਗੋਰਿਆਂ ਤੇ ਜਿਹੜੇ ਸਹਾਈ ਆ ਉਹ ਉਹਨਾਂ ਜਿਹੜੇ ਗੋਰਿਆਂ ਨਾਲ ਸਹਾਈ ਬਣੇ ਆ ਉਹਨਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਰਿਆਦਾ ਹੀ ਲਾਗੂ ਆਪਣੇ ਤੇ ਕੀਤੀ ਆ ਉਹ ਪਰਾਏ ਧਨ ਨੂੰ ਵਾਕਿਆ ਪਰਾਇਆ ਧਨ ਸਮਝਦੇ ਆ ਪਰਾਏ ਧਨ ਨੂੰ ਵਾਕਿਆ ਪਰਾਇਆ ਧਨ ਸਮਝਦੇ ਆ ਤੁਸੀਂ ਤੇ ਸਮਾਨ ਰੱਖ ਦੋ ਕਿਤੇ ਚੱਕਦਾ ਨੀ ਕੋਈ ਮੈਂ ਤਾਂ ਨਹੀਂ ਗਿਆ ਕਹਿੰਦੇ ਆ ਚੱਕਦਾ ਨੀ ਕੋਈ ਤੁਹਾਡਾ ਤੁਸੀਂ ਚੱਕੋਗੇ ਜਾਂ ਪੁਲਿਸ ਆਣ ਕੇ ਚੱਕੂਗੀ ਚਲੋ ਚੀਜ਼ ਨੂੰ ਆਪਾਂ ਛੱਡੀਏ ਆਪਾਂ ਚੀਜ਼ ਜਿਹੜੀ ਗੱਲ ਦਾ ਮਤਲਬ ਇਹ ਕਹਿਣ ਦਾ ਆ ਜੀ ਬਈ ਆਪਾਂ ਦੇਖੋ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਸਾਰੇ ਹੀ ਮੰਨਦੇ ਆ ਅਸੀਂ ਸਾਡੀ ਪਤਾ ਨੀ ਕਿੰਨੀ ਕਿ ਸ਼ਰਧਾ ਕਰੇ ਤੁਹਾਡੇ ਨੂੰ ਜ਼ਿਆਦਾ ਹੀ ਹੋ ਇਹ ਤਾਂ ਤੁਸੀਂ ਬਹੁਤ ਜ਼ਿਆਦਾ ਠੀਕ ਹੈ ਕਿ ਨਹੀਂ ਤੇ ਬਟ ਮੈਂ ਇਹ ਗੱਲ ਕਹਿੰਦਾ ਸਾਡੇ ਅਸੀਂ ਆਪਣੇ ਧਰਮ ਬਾਹਰ ਹੋ ਗਏ ਗਲਤ ਕੰਮ ਕੀਤਾ ਮਾਫ਼ੀ ਮੰਗਾ ਯਾਰ ਏਦਾਂ ਤੇ ਗਲਤੀ ਕਰਕੇ ਜਿਹੜਾ ਮਰਜ਼ੀ ਮਾਫ਼ੀ ਮੰਗ ਲੂਗਾ ਹਨਾ ਉਹਨੂੰ ਸਜ਼ਾ ਕੀ ਲਾ ਰਹੇ ਆ ਸਜ਼ਾ ਕੀ ਲਾ ਰਹੇ ਵੀ ਤੂੰ 5500 ਢਾਡੀ ਸਿੰਘਾਂ ਦੇ ਦੀ 5500 ਦੇ ਦੀ ਤੂੰ ਸਜ਼ਾ ਥੋੜੀ ਹੁੰਦੀ ਆ ਦੇਖੋ ਉੱਥੇ ਤੁਹਾਨੂੰ ਹੀ ਪਤਾ ਵੀ ਤੁਸੀਂ ਇਹ ਗੱਲ ਕਹਿ ਰਹੇ ਪੱਗਾਂ ਲੱਥ ਰਹੀਆਂ ਤਰਪਾਲਾਂ ਚੱਲਦੀਆਂ ਅਕਾਲ ਤਖ਼ਤ ਚੱਲਦੀਆਂ ਨਾ ਉਹ ਚੱਲਦੀਆਂ ਉਹ ਮੇਰੀ ਗੱਲ ਸੁਣੋ ਚਲਾਉਂਦਾ ਉਹਨਾਂ ਨਾਲ ਵਿਰੋਧ ਹੋ ਰਿਹਾ ਇਸ ਗੱਲ ਦਾ ਤਾਂ ਹੀ ਚੱਲਦੀਆਂ ਅਸੀਂ ਉਹਨਾਂ ਦਾ ਵੀ ਵਿਰੋਧ ਕਰਦੇ ਹਾਂ ਦੇਖੋ ਪੁਰਾਣੀਆਂ ਵੀਡੀਓ 'ਚ ਵੇਖੋ ਇਹਦਾ ਹੱਲ ਇੱਕ ਹੋਰ ਹੈਗਾ ਜੇ ਤੁਸੀਂ ਜੇ ਤੁਹਾਡੇ ਮੰਦਰ ਅੰਦਰ ਕੋਈ ਸ਼ੰਕਾ ਹੋਵੇ ਜਾਂ ਕੋਈ ਡਰ ਹੋਵੇ ਤੇ ਉਹ ਅਸੀਂ ਬੈਠੇ ਹਾਂ ਅਸੀਂ ਕਰ ਸਕਦੇ ਹਾਂ ਤੁਸੀਂ ਉੱਥੇ ਜਿਹੜੀ ਉਹ ਬਣਾਈ ਹੋ ਗਈ ਉਹ ਮੜੀ ਬਾਬਰ ਜੀ ਦੀ ਬਣਾਈ ਹੈਗੀ ਆ ਉਹ ਚੱਕ ਦਿਓ ਜੇ ਤੁਹਾਨੂੰ ਕੋਈ ਹੈਗਾ ਤੇ ਅਸੀਂ ਕਰ ਦਿੰਦੇ ਹਾਂ ਸਾਨੂੰ ਕੋਈ ਇਦਾਂ ਦਾ ਨਹੀਂ ਗਾ ਤੇ ਗੁਰੂ ਵੀ ਸਾਡੇ ਬਜ਼ੁਰਗ ਹੀ ਆ ਜੀ ਗੁਰੂ ਜੀ ਸਾਡੇ ਬਜ਼ੁਰਗ ਹੀ ਆ ਜੀ ਅਸੀਂ ਉਹਨਾਂ ਦੀ ਸੇਵਾ ਕਰਦੇ ਹਾਂ ਨਹੀਂ ਕਰਨੀ ਚਾਹੀਦੀ ਆਪਾਂ ਤੇ ਇਹੋ ਗੱਲ ਕਰਾਂਗੇ ਵੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਕਿਤੇ ਵੀ ਮੈਂ ਤੁਹਾਨੂੰ ਇਹ ਵੀ ਗੱਲ ਦੱਸਦਾ ਤੁਸੀਂ ਆ ਜਿਹੜੇ ਘਰਾਂ ਦੇ ਵਿੱਚ ਨਾ ਜਦੋਂ ਕਿਸੇ ਦਾ ਵਿਆਹ ਹੁੰਦਾ ਆ ਇਸ ਕਮਰੇ ਦੇ ਵਿੱਚ ਮੀਟ ਚੱਲਦਾ ਹੁੰਦਾ ਇੱਥੇ ਚੱਲਦਾ ਪਤਾ ਸਾਨੂੰ ਪਤਾ ਕਮੇਟੀ ਕਿੱਥੇ ਗਈ ਹੁੰਦੀ ਆ ਇਹ ਉਦੋਂ ਵੀ ਕਿੰਨੇ ਮੇਰੀ ਗੱਲ ਸੁਣੋ ਵੀਰ ਜੀ ਜੇ ਤੁਹਾਡੇ ਪਿੰਡ 'ਚ ਕੋਈ ਇੱਦਾਂ ਕਰੇ ਮੇਰੀ ਸੁਣੋ ਗੱਲ ਸਾਨੂੰ ਦੱਸੋ ਕਿ ਇੱਕ ਬੰਨੇ ਪਾਠ ਹੁੰਦਾ ਵੀ ਦੂਜੇ ਬੰਨੇ ਮੀਟ ਚੱਲਦਾ ਵੀ ਸ਼ਰਾਬ ਚੱਲੂ ਤੁਹਾਨੂੰ ਦੱਸੋ ਸਾਨੂੰ ਕੋਈ ਦੱਸੋ ਨੀ ਆਈ ਅਸੀਂ ਵਧੋ ਵੀ ਜਿਹੜੇ ਕਿਸੇ ਵਿਆਹ 'ਚ ਜਾ ਕੇ ਮੇਰੀ ਗੱਲ ਸੁਣੋ ਸਾਨੂੰ ਕੋਈ ਦੱਸੂਗਾ ਤੇ ਜਾਵਾਂਗੇ ਨਾ ਅਸੀਂ ਵਧੋ ਪਤੀ ਥੋੜੀ ਜਾ ਵੜਦਾ ਅਗਲੇ ਦੇ ਘਰ ਵੀ ਤੁਹਾਡੇ ਘਰੇ ਵੀ ਕਿੱਦਾਂ ਸਾਨੂੰ ਕੋਈ ਪਤਾ ਲੱਗੇ ਤਾਂ ਹੀ ਹੈ ਨਾ ਮੈਂ ਬਹੁਤ ਗੁਰਦੁਆਰੇ ਏਦਾਂ ਦੇਖਿਆ ਸਵੇਰ ਨੂੰ ਸੁਖਮਨੀ ਮਹਾਰਾਜ ਦਾ ਪ੍ਰਕਾਸ਼ ਕਰਨ ਵੇਲੇ ਇਕੱਲਾ ਭਾਈ ਹੁੰਦਾ ਉੱਥੇ ਨਾਲ ਵੀ ਨੀ ਕੋਈ ਹੁੰਦਾ ਚੋਰ ਸਾਹਿਬ ਹੁਣ ਸਾਰਿਆਂ ਗੁਰਦੁਆਰੇ 'ਚ ਵੀ ਅਸੀਂ ਥੋੜੀ ਜਿਹਾ ਆਪਣੇ ਗੁਰਦੁਆਰੇ ਦੀ ਡਿਊਟੀ ਤੋਂ ਹੀ ਸੰਭਾਲ ਲਓ ਨਾ ਪਿੰਡ ਦੇ ਗੁਰਦੁਆਰਾ ਹੀ ਦੇਖ ਲਓ ਉੱਥੇ ਵੀ ਤੇ ਹੀ ਹਾਲ ਨਹੀਂ ਚੱਲਦਾ ਵਾਹਿ ਖਾਲਸਾ ਵਾਹਿ ਜੀ ਫਤਿਹ ਸਿੰਘ ਜੀ ਚੱਕ ਕਿਹੜਾ ਚੱਕ ਪੀਰ ਪੀਰਪੁਰ ਤੇ ਤੁਸੀਂ ਸਾਰਾ ਦੇਖਿਆ ਅਸਲ ਦੇ ਵਿੱਚ ਬੇੜਾ ਜਿਹੜਾ ਗਰਕਿਆ ਨਾ ਜਿੱਥੇ ਹਰਸਿਮਰਤ ਕੌਰ ਕਹਿੰਦੀ ਨਾ ਸਾਡਾ ਬੇੜਾ ਗਰਕ ਜੇ
ਸ਼੍ਰੋਮਣੀ ਕਮੇਟੀ ਵਾਲਿਆਂ ਦਾ ਹੀ ਬੇੜਾ ਗਰਕ ਆ। ਮੈਂ ਸਰੋਤਿਆਂ ਨੂੰ ਦੱਸ ਦੇਵਾਂ ਵੀ ਉਹਦੇ ਉਦਾਹਰਨਾਂ ਹੀ ਸਾਨੂੰ ਦਿੰਦੇ ਆ ਇਤਿਹਾਸਕ ਗੁਰਦੁਆਰਿਆਂ ਦੀਆਂ ਵੀ ਫਲਾਨੀ ਗੁਰਦੁਆਰੇ 'ਚ ਮੜੀ ਆ, ਉੱਥੇ ਪੰਜ ਪੰਜ ਪਾਠ ਆਰੰਭ ਹੁੰਦੇ ਆ, ਅਤੇ ਵਿਗੜੇ ਗੁਰਦੁਆਰੇ 'ਚ ਮੜੀ ਬਣੀ ਆ, ਕਬਰ ਬਣੀ ਆ, ਉੱਥੇ ਦਸ ਦਸ ਪਾਠ ਆਰੰਭ ਹੁੰਦੇ, ਤੁਸੀਂ ਉੱਥੇ ਜਾ ਕੇ ਡੱਕੋ। ਆ ਬਜਵਾਂ ਦੀ ਅਗਲੇ ਉਦਾਹਰਨ ਦੇ ਦਿੰਦੇ ਆ, ਬਜਵਾਂ 'ਚ ਬਣੀ ਹੋਈ ਆ ਮੜੀ, ਉੱਥੇ ਜਾ ਕੇ ਡੱਕ ਲਓ। ਸ਼੍ਰੋਮਣੀ ਕਮੇਟੀ ਵਾਲਿਆਂ ਦਾ ਬੇੜਾ ਗਰਕ ਆ। ਜਦੋਂ ਵੀ ਸਿੰਘ ਇਹਨਾਂ ਕੰਮਾਂ 'ਤੇ ਪਹਿਰਾ ਦੇਣਾ ਚਾਹੁੰਦੇ ਆ ਅਕਾਲ ਤਖ਼ਤ ਦੇ, ਫਿਰ ਪੰਜਾਂ ਪਿਆਰਿਆਂ ਦੀ ਜਿਹੜੀ ਮਾਣ ਮਰਿਆਦਾ ਸੀ ਉਹ ਵੀ ਇਹਨਾਂ ਨੇ ਪੰਜਾਂ ਪਿਆਰਿਆਂ ਦੀ ਮਾਣ ਮਰਿਆਦਾ ਨੂੰ ਖਤਮ ਕਰਕੇ ਰੱਖ ਦਿੱਤਾ। ਅਗਲੇ ਕਹਿੰਦੇ ਉਹ ਪੰਜ ਪਿਆਰੇ ਜਿਨ੍ਹਾਂ ਨੇ ਮਾਫ਼ੀ ਦੇ ਦਿੱਤੀ ਸੀ, ਉਹ ਪੰਜ ਪਿਆਰੇ ਜਿਨ੍ਹਾਂ ਨੇ ਆਹ ਕੰਮ ਕੀਤਾ ਸੀਗਾ, ਉਹ ਸਿੱਟਾ ਸਿੰਘ ਲੰਗਾਹ ਵਰਗੇ ਜਦੋਂ ਮਰਜ਼ੀ ਉਹਨੂੰ ਮਾਫ਼ ਕਰ ਦਿੰਦੇ ਆ, ਜਦੋਂ ਮਰਜ਼ੀ ਉਹਨੂੰ ਨਾਲ ਰਲਾ ਲੈਂਦੇ ਆ, ਇਹਨਾਂ ਨੇ ਬੇੜਾ ਗਰਕ ਕੀਤਾ ਹੋਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਥਾਂ ਥਾਂ 'ਤੇ ਵਿਦ ਵੀ ਹੋ ਰਹੀ ਆ, ਇੱਕ ਜਗ੍ਹਾ 'ਤੇ ਨਹੀਂ। ਇਹ ਨਹੀਂ ਵੀ ਅੰਗ ਪਾੜ ਕੇ ਸੁੱਟ ਤੇ ਅਤੇ ਆਪਾਂ ਕਹੀਏ ਵੀ ਉਹ ਵਿਦਵੀ ਆ, ਇਹ ਵੀ ਵਿਦਵੀ ਆ। ਗੁਰੂ ਸਾਹਿਬਾਂ ਦੇ ਹੁਕਮਾਂ ਤੋਂ ਉਲਟ ਗੁਰੂ ਸਾਹਿਬ ਨੂੰ ਮੜੀਆਂ ਕਬਰਾਂ 'ਤੇ ਲੈ ਕੇ ਜਾਣਾ, ਇਹ ਉਸ ਤੋਂ ਵੀ ਜ਼ਿਆਦਾ ਵੱਡੀ ਵਿਦਵੀ ਆ। ਸਾਨੂੰ ਇਹਦੇ 'ਤੇ ਵੀ ਸਟੈਂਡ ਦੇਣਾ ਚਾਹੀਦਾ, ਸਾਨੂੰ ਸਾਰਿਆਂ ਨੇ ਰਲ ਮਿਲ ਕੇ, ਤਾਂ ਜੋ ਮੜੀਆਂ ਕਬਰਾਂ 'ਤੇ ਗੁਰੂ ਸਾਹਿਬ ਜੀ ਜਿਹੜੇ ਆ ਉਹ ਨਾ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।